ਯਾਰ ਮੈਂ ਕਿਹਾ ਜਾ ਜਾਓ ਬਾਹਰੋਂ ਪਲਾਸਟਰ ਦਾ ਬਣਾਂਗੇ ਲੋਹੇ ਦਾ ਕਿਹੜੀ ਚੀਜ਼ ਹਾਂ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਮੈਂ ਜਲਦਾਰ ਤੁਹਾਡਾ ਆਪਣਾ ਹੋਸਟ ਅਤੇ ਤੁਸੀਂ ਦੇਖ ਰਹੇ ਹੋ ਮਰਜਾਣਾ ਟੀ ਵੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਹੀ ਘੱਟ ਉਮਰ ਵਿੱਚ ਫੇਮਸ ਹੋਇਆ ਮੁੱਖ ਮੰਤਰੀ ਇੱਕ ਅਜਿਹਾ ਸਟਾਰ ਏ ਜਿਸ ਦੇ ਗਾਣਿਆਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਦੀਆਂ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਅਤੇ ਦੇਖਣਾ ਪਸੰਦ ਕਰਦੇ ਨੇ ਮੁੱਖ ਮੰਤਰੀ ਦੇ ਅਜਿਹੇ ਫੈਂਸ ਲਈ ਆਪਾਂ ਵੀ ਨਵੀਆਂ ਤੋਂ ਨਵੀਆਂ ਮੁੱਖ ਮੰਤਰੀ ਦੀਆਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਹਾਂ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਗੋਆ ਗਿਆ ਹੋਇਆ ਸੀ ਅਤੇ ਉੱਥੇ ਮੁੱਖ ਮੰਤਰੀ ਨੇ ਕਾਫ਼ੀ ਮਸਤੀ ਕੀਤੀ ਜੋ ਆਪਾਂ ਤੁਹਾਨੂੰ ਵੀਡੀਓ ਪਹਿਲਾਂ ਦਿਖਾ ਚੁੱਕੇ ਹਾਂ ਸੋ ਦੋਸਤੋ ਮੁੱਖ ਮੰਤਰੀ ਹੁਣ ਗੋਆ ਤੋਂ ਵਾਪਸ ਆ ਚੁੱਕਿਆ ਹੈ ਅਤੇ ਮੁੱਖ ਮੰਤਰੀ ਨੇ ਜਹਾਜ਼ ਵਿੱਚ ਆਉਂਦੇ ਟਾਈਮ ਜੋ ਮਜ਼ਾਕ ਕੀਤੇ ਨੇ ਜੋ ਵੀਡੀਓ ਬਣਾਈਆਂ ਨੇ ਆਓ ਉਹਨਾਂ ਵੀਡੀਓ ਵੱਲ ਇੱਕ ਝਾਤ ਮਾਰਦੇ ਹਾਂ ਦੋਸਤੋ ਵੀਡੀਓ ਵੱਲ ਵਧਣ ਤੋਂ ਪਹਿਲਾਂ ਤੁਹਾਡੀ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਜਿੰਨੇ ਵੀ ਮੁੱਖ ਮੰਤਰੀ ਦੇ ਕੱਟਰ ਫੈਨ ਨੇ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣ ਅਤੇ ਮੁੱਖ ਮੰਤਰੀ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਸੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦਿਆਂ ਹੁੰਦੀ ਵੀਡੀਓ ਵੱਲ ਯਾਰ ਸਣਾ ਜਹਾਜ਼ ਉੱਡਦਾ ਦਿਲ ਨੂੰ ਮੌਤ ਜੀ ਪਾਉਂਦਾ ਹਾਂਜੀ ਆਪਾਂ ਹੁਣ ਵੀ ਜਹਾਜ਼ ਤੇ ਜਾਣਾ ਆਪਣਾ ਉਧਰ ਵੇਖ ਦੁਨੀਆਂ 300 ਕੁ ਬੰਦਾ ਬਹਿ ਜਾਂਦਾ ਹਾਂਜੀ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਜੇ ਤੁਸੀਂ ਵੀ ਮੁੱਖ ਮੰਤਰੀ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਕਮੈਂਟਾਂ ਵਿੱਚ ਮੁੱਖ ਮੰਤਰੀ ਜਿੰਦਾਬਾਦ ਜ਼ਰੂਰ ਲਿਖਿਓ ਸੋ ਹੁਣ ਦੇ ਲਈ ਇੰਨਾ ਹੀ ਜਲਦੀ ਕਿਸੇ ਨਵੀਂ ਵੀਡੀਓ ਨਾਲ ਮਿਲਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ